ਮੇਰਾ ਨਾਮ ਪਰਮਦੀਪ ਸਿੰਘ ਹੈ ਅਤੇ ਮੈਂ ਪਟਿਆਲੇ ਤੋਂ ਬਿਲੋਂਗ ਕਰਦਾ ਹਾਂ। ਅੱਜ ਸਾਡਾ ਅਲਗੋਜੇ ਸਿੱਖਣ ਦਾ ਪਹਿਲਾ ਦਿਨ ਹੈ। ਮੈਂ ਤੁਹਾਨੂੰ ਅਲਗੋਜੇ ਸਿੱਖਣ ਦੀ ਵਿਧੀ ਦੱਸਾਂਗਾ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਸਾਨੂੰ ਕਿਸ ਕਿਸ ਸਮਾਨ ਦੀ ਜ਼ਰੂਰਤ ਹੈ। ਸਾਨੂੰ ਅਸੀਂ ਪਹਿਲੇ ਦਿਨ ਤੋਂ ਹੀ ਅਲਗੋਜੇ ਨਹੀਂ ਵਜਾਵਾਂਗੇ ਅਤੇ ਅਸੀਂ ਇੱਕ ਪਾਣੀ ਦਾ ਗਲਾਸ ਲਵਾਂਗੇ ਜਿਸ ਵਿੱਚ ਕਿ ਥੋੜ੍ਹਾ ਜਿਹਾ ਹੀ ਪਾਣੀ ਹੈ। ਇਸ ਵਿੱਚ ਸਟਰੋ ਦੀ ਸਹਾਇਤਾ ਨਾਲ ਅਸੀਂ ਫੂਕ ਮਾਰਾਂਗੇ। ਮੈਂ ਤੁਹਾਨੂੰ ਦੱਸਾਂਗਾ ਕਿ ਕਦੋਂ ਤੁਸੀਂ ਸਾਹ ਲੈਣਾ ਹੈ, ਜਿਵੇਂ ਕਿ ਅਸੀਂ ਬਬਲ ਨਹੀਂ ਟੁੱਟਣ ਦੇਣਾ ਏਅਰ ਦਾ ਪਾਣੀ ਦੇ ਵਿੱਚ। ਅਸੀਂ ਤੋਂ ਮੈਂ ਤੁਹਾਨੂੰ ਹੁਣ ਹੀ ਦੱਸਾਂਗਾ ਕਿ ਕਿਵੇਂ ਫੂਕ ਮਾਰਨੀ ਹੈ। ਅਲਗੋਜੇ ਸਿੱਖਣ ਲਈ ਸਭ ਤੋਂ ਪਹਿਲਾਂ ਸਾਨੂੰ ਸਾਹ ਦੀ ਪ੍ਰੈਕਟਿਸ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਅਲਗੋਜ਼ਿਆਂ ਦੇ ਵਿੱਚ ਕੰਟੀਨਿਊ ਫਲੋ ਏਅਰ ਦਾ ਜਾਣਾ ਬਹੁਤ ਜ਼ਰੂਰੀ ਹੈ, ਤਾਂ ਹੀ ਅਸੀਂ ਅਲਗੋਜ਼ੇ ਵਜਾ ਸਕਦੇ ਹਾਂ। ਕੁਝ ਵਿਅਕਤੀ ਅਲਗੋਜ਼ੇ ਵਜਾਉਂਦੇ ਜ਼ਰੂਰ ਹਨ, ਪਰੰਤੂ ਉਹਨਾਂ ਦਾ ਸਾਹ ਨਹੀਂ ਪਲਟਿਆ ਹੁੰਦਾ, ਮਤਲਬ ਕਿ ਉਹਨਾਂ ਦੀ ਸਾਹ ਦੀ ਪ੍ਰੈਕਟਿਸ ਨਹੀਂ ਹੁੰਦੀ। ਮੈਂ ਤੁਹਾਨੂੰ ਦੱਸਾਂਗਾ ਕਿ ਕਿਵੇਂ ਤੁਸੀਂ ਆਪਣੀ ਸਾਹ ਦੀ ਪ੍ਰੈਕਟਿਸ ਕਰ ਸਕਦੇ ਹੋ। ਤੁਸੀਂ ਜਦੋਂ ਏਅਰ ਬਲੋ ਕਰੋਗੇ ਸਟਰੋ ਦੇ ਰਾਹੀਂ ਪਾਣੀ ਦੇ ਵਿੱਚ, ਤਾਂ ਗੱਲਾਂ ਆਪਣੀਆਂ ਫੁਲਾ ਕੇ ਰੱਖਣੀਆਂ ਹਨ ਅਤੇ ਜਦੋਂ ਤੁਹਾਡਾ ਸਾਹ ਖਤਮ ਹੋਣ ਵਾਲਾ ਹੋਵੇ ਤਾਂ ਤੁਸੀਂ 2-4 ਸਕਿੰਟ ਪਹਿਲਾਂ ਨੱਕ ਦੇ ਰਾਹੀਂ ਸਾਹ ਖਿੱਚ ਸਕਦੇ ਹੋ, ਜਿਵੇਂ ਕਿ ਮੈਂ ਤੁਹਾਨੂੰ ਹੁਣੀ ਕਰਕੇ ਦਿਖਾਵਾਂਗਾ। ਗੱਲਾਂ ਤੁਸੀਂ ਫੁਲਾ ਕੇ ਰੱਖਣੀਆਂ ਹਨ ਕਾਫੀ। ਹੁਣ ਤੱਕ ਮੈਂ 3-4 ਵਾਰ ਆਪਣਾ ਸਾਹ ਲੈ ਲਿਆ ਹੈ। ਇਹ ਸਟੋਵ ਦੀ ਨਲੀ ਵਿੱਚੋਂ ਥੋੜ੍ਹੀ ਜਿਹੀ ਵੱਡੀ ਹੈ। ਤੁਸੀਂ ਕਣਕ ਦੀ ਬੱਲੀ, ਜੋ ਕਣਕ ਹੁੰਦੀ ਹੈ ਇਸ ਤਰ੍ਹਾਂ ਦੀ, ਉਸਦੀ ਬੱਲੀ ਨੂੰ ਤੋੜ ਕੇ ਵੀ ਸਟੋਵ ਬਣਾ ਸਕਦੇ ਹੋ, ਜੋ ਕਿ ਮੈਂ ਆਲਰੇਡੀ ਇੱਕ ਪਹਿਲਾਂ ਹੀ ਬਣਾਇਆ ਹੋਇਆ ਹੈ। ਇਹ ਤੁਹਾਨੂੰ ਅਲਗੋਜੇ ਸਿੱਖਣ ਦੇ ਲਈ ਬਹੁਤ ਹੀ ਮਦਦਗਾਰ ਸਿੱਧ ਹੋਵੇਗਾ ਅਤੇ ਮੈਂ ਬਹੁਤ ਹੀ ਧੰਨਵਾਦੀ ਹਾਂ ਗੁਰਪ੍ਰੀਤ ਸਿੰਘ ਜੀ ਅਲਗੋਜ਼ਾ ਵਰਗ ਜੋ ਕਿ ਦੁਬਈ, ਤੁਹਾਨੂੰ ਉਹਨਾਂ ਦਾ, ਜੋ ਸੁਨਾਮੀ ਭਾਜੀ ਰਵੀ ਕੁੰਡਰ ਜੀ ਅਤੇ ਲਵਲੀ ਭਾਜੀ ਸ਼ਾਹ ਕਾਦਰੀ ਗਰੁੱਪ ਵਾਲੇ, ਉਹਨਾਂ ਦਾ, ਉਹ ਸਾਨੂੰ ਬਹੁਤ ਹੀ ਸਪੋਰਟ ਕਰ ਰਹੇ ਹਨ। ਮੇਰੇ ਵੀਰ ਗੁਰਭਾਈ ਸੁਖਜਿੰਦਰ ਸਿੰਘ ਲਾਡੀ, ਉਹਨਾਂ ਨੇ ਸਾਨੂੰ ਇੱਕ ਵਾਰੀ, ਅਸੀਂ ਬਹਿ ਕੇ ਕੋਈ ਪ੍ਰੋਗਰਾਮ ਬਣਾਇਆ ਸੀ ਕਿ ਆਪਾਂ ਅਲਗੋਜ਼ੇ ਦੀ ਟ੍ਰੇਨਿੰਗ ਦੇਣ ਲੱਗੀਏ, ਕਿਉਂਕਿ ਸਾਨੂੰ ਫੇਸਬੁੱਕ ਇੰਸਟਾਗ੍ਰਾਮ ਤੇ ਵਟਸਐਪ ਤੇ ਅਤੇ ਯੂਟਿਊਬ ਦੇ ਚੈਨਲ ਤੇ ਵੀ ਬਹੁਤ ਸਾਰੇ ਮੈਸੇਜ ਆਉਂਦੇ ਰਹਿੰਦੇ ਹਨ ਕਿ ਅਸੀਂ ਵੀ ਅਲਗੋਜੇ ਸਿੱਖਣਾ ਚਾਹੁੰਦੇ ਹਾਂ। ਇਸ ਕਰਕੇ ਅਸੀਂ ਆਓ ਅਲਗੋਜੇ ਸਿੱਖੀਏ ਪ੍ਰੋਗਰਾਮ ਦੇ ਤਹਿਤ ਇੱਕ ਕ੍ਰਮਵਾਰ ਲੜੀ ਚਲਾਵਾਂਗੇ, ਜਿਸ ਦੀ ਕਿ ਅਸੀਂ ਹੋਰਾਂ ਵਿਅਕਤੀਆਂ ਤੋਂ ਵੀ ਮੰਗ ਕਰਦੇ ਹਾਂ, ਉਮੀਦ ਕਰਦੇ ਹਾਂ ਕਿ ਉਹ ਵੀ ਸਾਨੂੰ ਬਹੁਤ ਹੀ ਆਪਣਾ ਸਹਿਯੋਗ ਦੇਣਗੇ। ਆਓ ਮੈਂ ਤੁਹਾਨੂੰ ਇੱਕ ਵਾਰੀ ਹੋਰ ਪ੍ਰੈਕਟਿਸ ਬਾਰੇ ਦੱਸ ਦੇਵਾਂ। ਇੱਕ ਵਿਅਕਤੀ ਕੇਵਲ 40-50 ਸਕਿੰਟ ਜਾਂ 1 ਮਿੰਟ ਤੱਕ ਹੀ ਇਸ ਵਿੱਚ ਫੂਕ ਮਾਰ ਸਕਦਾ ਹੈ, ਪਰੰਤੂ ਜੋ ਅਲਗੋਜ਼ੇ ਸਿੱਖਦਾ ਹੈ ਜਾਂ ਵਜਾਉਂਦਾ ਹੈ ਉਹ ਇਸ ਵਿੱਚ ਕੰਟੀਨਿਊ ਕਾਫੀ ਲੰਬੇ ਸਮੇਂ ਤੱਕ 5-10 ਮਿੰਟ ਜਾਂ ਇਸ ਤੋਂ ਵੀ ਜ਼ਿਆਦਾ ਇਸ ਦੇ ਵਿੱਚ ਕੰਟੀਨਿਊ ਏਅਰ ਬਲੋ ਕਰ ਸਕਦਾ ਹੈ। ਸੋ ਇਹ ਸੀਗਾ ਸਾਡਾ ਅੱਜ ਦਾ ਪਹਿਲਾ ਦਿਨ। ਜੇਕਰ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਤਾਂ ਕਿਰਪਾ ਕਰਕੇ ਉਹ ਸਾਨੂੰ ਇਨਬੋਕਸ ਜਾਂ ਕਮੈਂਟ ਦੇ ਵਿੱਚ ਦੱਸ ਸਕਦਾ ਹੈ। ਸਾਡੀ ਵੀਡੀਓ ਵਿੱਚ ਜੇ ਕੋਈ ਗਲਤੀ ਹੋਵੇ ਤਾਂ ਉਸ ਲਈ ਮਾਫ਼ੀ, ਕਿਉਂਕਿ ਅਸੀਂ ਕੋਈ ਪ੍ਰੋਫੈਸ਼ਨਲ ਬੰਦੇ ਨਹੀਂ ਆ ਵੀਡੀਓ ਬਣਾਉਣ ਵਿੱਚ। ਧੰਨਵਾਦ ਜੀ।